ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖ ਕੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ ਡੇਟ ਹੈਗੀ ਹੈ 7 ਸਪਟੰਬਰ 2016, 23 ਭਾਦੂ ਨਾਨਕ ਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਅਹਿਮ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਕੁੱਲ ਦੁਨੀਆ ਭਰ ਚੋਂ ਜਿਹੜੀ ਆ ਪਿਛਲੇ 24 ਘੰਟੇ ਦੇ ਵਿੱਚ ਕਾਲਾਂ ਆਈਆਂ ਨੇ, ਲਿਖਤਾਂ ਆਈਆਂ, ਇਕੱਲੇ ਇਕੱਲੇ ਦੇ ਨਾਲ ਸਾਡਾ ਸੰਪਰਕ ਕਰਨਾ ਮੁਸ਼ਕਲ ਹੈ ਜੀ। ਅਸੀਂ ਸਭ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਕਿ ਉਹਨਾਂ ਨੇ ਖਾਸ ਤੌਰ 'ਤੇ ਜਿਹੜਾ ਜੀਓ TV ਪ੍ਰੋਗਰਾਮ ਪਾਕਿਸਤਾਨ ਦੇ ਕੈਪੀਟਲ ਟਾਕ ਦੇ ਵਿੱਚ ਸਾਡਾ ਆਲਮੋਸਟ 9 ਮਿੰਟ ਦਾ ਸੈਗਮੈਂਟ ਆਇਆ, ਵਿਚਾਰ ਚਰਚਾ ਹੋਈ। ਉੱਥੋਂ ਦੇ 3 ਪ੍ਰੋਮੀਨੈਂਟ ਪੋਲੀਟੀਸ਼ੀਅਨਸ ਜਿਹੜੇ ਕਿ ਮੈਂਬਰ ਕੌਮੀ ਅਸੈਂਬਲੀ ਨੇ, ਉਹਨਾਂ ਦੇ ਨਾਲ ਹਾਮਿਦ ਮੀਰ ਐਂਕਰ ਸਨ, ਉਸ ਦੇ ਉੱਤੇ ਸਾਨੂੰ ਮੁਬਾਰਕ ਦਿੱਤੀ ਹੈ, ਔਰ ਸਾਡੇ ਬਹੁਤ ਸਾਰੇ ਪਾਕਿਸਤਾਨੀ ਭਰਾਵਾਂ ਨੇ ਵੀ, ਔਰ ਜਿਹੜਾ ਕਲਿੱਪ ਉਹਨਾਂ ਦੇ ਸਾਈਟ 'ਤੇ ਹੈ ਜੀਓ ਦੇ, ਅਸੀਂ ਵੀ ਲਿੰਕ ਦਿੱਤਾ ਹੈ ਆਪਣੇ TV84 ਦੇ ਫੇਸਬੁੱਕ ਪੇਜ 'ਤੇ, ਉਹਦੇ 'ਤੇ ਲਗਭਗ 60,000 ਦੇ ਨੇੜੇ ਤੇੜੇ ਜਿਹੜੇ ਵਿਊਅਰ ਨੇ ਉਹ ਪਿਛਲੇ 24 ਘੰਟੇ ਦੇ ਵਿੱਚ ਆਏ ਨੇ, ਔਰ ਬਹੁਤ ਸਾਰੇ ਸਪੋਰਟਿਵ ਕਾਮੈਂਟ ਨੇ ਉਹਦੇ ਥੱਲੇ ਵੀ, ਔਰ ਬਾਕੀ ਥਾਵਾਂ ਤੋਂ ਵੀ ਸਾਨੂੰ ਸਾਡੇ ਪਾਕਿਸਤਾਨੀ ਭਰਾਵਾਂ ਨੇ ਪੂਰੀ ਹਮਾਇਤ ਦੀਆਂ ਲਿਖਤਾਂ ਜਿਹੜੀਆਂ ਨੇ ਉਹ ਭੇਜੀਆਂ ਨੇ, ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ। ਇੱਕ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਅੱਜ ਦੇ TV84 ਨਿਊਜ਼ ਪ੍ਰੋਗਰਾਮ ਜਿਹਨੂੰ ਅਮਰਵੀਰ ਸਿੰਘ ਕੰਡਕਟ ਕਰਦੇ ਨੇ, ਉਸ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਸਿੰਘਣੀ, ਸਰਦਾਰ ਪਰਮਜੀਤ ਸਿੰਘ ਖਾਲੜਾ, ਸਰਦਾਰ ਜਸਵੰਤ ਸਿੰਘ ਖਾਲੜਾ, ਉਹ ਅੱਜ ਗੱਲਬਾਤ ਕਰਨਗੇ। ਕੱਲ੍ਹ ਅੰਮ੍ਰਿਤਸਰ ਦੇ ਵਿੱਚ ਪ੍ਰੋਗਰਾਮ ਸੀ ਉਹਨਾਂ ਦੀ ਯਾਦ, ਅਸੀਂ ਕੱਲ੍ਹ ਉਹਨਾਂ ਨੂੰ ਲਾਈਨ 'ਤੇ ਲੈਣਾ ਚਾਹੁੰਦੇ ਸੀ, ਪਰ ਕੱਲ੍ਹ ਇਸ ਮੁੱਦੇ ਦੇ ਉੱਤੇ ਬਹੁਤ ਵਧੀਆ ਤਰੀਕੇ ਦੇ ਨਾਲ ਡਾਕਟਰ ਇਕਤਦਾਰ ਕਰਾਮਤ ਸੀਮਾ ਜੀ ਨੇ ਆਪਣੇ ਵਿਊ ਦਿੱਤੇ ਨੇ। ਸੋ ਅੱਜ ਬੀਬੀ ਪਰਮਜੀਤ ਕੌਰ ਖਾਲੜਾ ਹੋਣਗੇ, ਸੋ ਅਸੀਂ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਵੀ ਕਰਦੇ ਕਿ ਉਹ ਆਪਣੇ ਸੈੱਟ TV ਜਾਂ ਜਿਸ ਵੀ ਗੈਜਟ ਤੋਂ ਵਾਚ ਕਰ ਰਹੇ ਨੇ ਉਸ ਨੂੰ ਔਨ ਰੱਖਣ। ਅੱਜ ਦੇ ਵਿਚਾਰ ਲਈ ਅਸੀਂ 2 ਪ੍ਰਮੁੱਖ ਇਸ਼ੂ ਚੁਣੇ ਨੇ। ਕਸ਼ਮੀਰ, ਇਸ ਦੇ ਬਾਵਜੂਦ ਕਿ ਬੜੀ ਜਿਹਨੂੰ ਅੰਗਰੇਜ਼ੀ 'ਚ ਔਰਕੈਸਟ੍ਰੇਟਿਡ ਗੱਲਬਾਤ ਦਾ ਡਰਾਮਾ ਕਿਹਾ ਜਾਂਦਾ ਹੈ, ਪੰਜਾਬੀ 'ਚ ਅਸੀਂ ਉਹਨੂੰ ਨੌਟੰਕੀ ਡਰਾਮੇਬਾਜ਼ੀ ਆਮ ਤੌਰ 'ਤੇ ਕਹਿੰਦੇ, ਔਰ ਇਹ ਜਿਹੜਾ ਸੀ ਕਿ ਜੀ ਆਲ ਪਾਰਟੀ ਡੈਲੀਗੇਸ਼ਨ ਗਿਆ ਪਾਕਿਸਤਾਨ ਜਿਹੜਾ ਕਸ਼ਮੀਰ ਦੇ ਵਿੱਚ ਔਰ ਗੱਲਬਾਤ ਕਰਨਗੇ, ਔਰ ਅੱਜ ਮਹਿਬੂਬਾ ਮੁਫਤੀ ਨੇ ਵੀ ਤਾਰੀਫ ਕੀਤੀ ਹੈ ਕਿ ਜੀ ਬਹੁਤ ਵਧੀਆ ਹੋਇਆ, ਸਾਰੇ ਆਏ, ਬੜਾ ਫਲਾਣਾ ਢਿਮਕਾ, ਲੇਕਿਨ ਜਿਹੜਾ ਰੀਬਫ ਕਸ਼ਮੀਰੀ ਲੋਕਾਂ ਨੇ ਦਿੱਤਾ, ਪ੍ਰੋਟੈਸਟ ਬਰਾਬਰ ਜਾਰੀ ਨੇ, ਅੱਜ ਵੀ ਜਾਰੀ ਨੇ, ਔਰ ਪੂਰਾ ਬੰਦ ਔਰ ਸਾਰਾ ਕਸ਼ਮੀਰ ਬੰਦ ਸੀ, ਔਰ ਉੱਥੇ ਖਾਲੀ ਸੜਕਾਂ ਦੇ ਉੱਤੇ ਸਿਕਿਉਰਟੀ ਦੀਆਂ ਜਿਪਸੀਆਂ ਅੱਗੇ ਪਿੱਛੇ ਘੁੰਮ ਰਹੀਆਂ ਸੀ, ਇਹ ਇਹਨਾਂ ਦਾ ਸਵਾਗਤ ਸੀ। ਔਰ ਜਿਸ ਅੰਦਾਜ਼ ਦੇ ਵਿੱਚ ਹੁਰੀਅਤ ਕਾਨਫਰੰਸ ਦੇ ਆਗੂਆਂ ਨੇ ਜਿਹੜੇ ਦਰਵਾਜ਼ੇ ਬੰਦ ਰੱਖੇ, ਹੁਣ ਉਸ ਤੋਂ ਜਿਹੜਾ ਇਹ ਇਹਨਾਂ ਨੇ ਕੱਢਿਆ, ਇਹ ਸਜ਼ਾ ਦੇਣ ਲੱਗੇ ਨੇ ਕਿ ਜੀ ਅਸੀਂ ਸ਼ਿਕੰਜਾ ਕਸਾਂਗੇ, ਅਸੀਂ ਉਹਨਾਂ ਦੇ ਬੈਂਕ ਅਕਾਊਂਟ ਚੈੱਕ ਕਰਾਂਗੇ, ਅਸੀਂ ਇਹਨਾਂ ਦੀ ਜਿਹੜੀ ਜ਼ੀ ਸਿਕਿਉਰਟੀ ਦਿੱਤੀ ਹੋਈ ਹੈ ਉਹ ਵਾਪਸ ਲੈ ਲਾਂਗੇ। ਅੱਜ ਸਾਹਮਣੇ ਆਇਆ ਕਿ ਇੱਕ ਅੱਧੇ ਨੂੰ ਦਿੱਤੀ ਥੋੜ੍ਹੀ ਜਿਹੀ ਸਿਕਿਉਰਟੀ ਤੋਂ ਬਿਨਾਂ ਕਿਸੇ ਕੋਲ ਕੋਈ ਸਿਕਿਉਰਟੀ ਨਹੀਂ ਹੈ, ਲੇਕਿਨ ਇਹ ਆਪਣੇ ਆਪ ਦੇ ਵਿੱਚ ਹੀ ਇਹ ਇਸ ਗੱਲ ਦਾ ਸਬੂਤ ਹੈ ਕਿ ਇਹ ਕਿੰਨੇ ਕੁ ਗੰਭੀਰ ਨੇ। ਹੁਣ ਜਿਹੜੀ ਔਫਰ ਵੀ ਫਾਈਨਲ ਵਾਪਸ ਆ ਕੇ ਵੀ ਜਿਹੜੀ ਸਰਵਦਲੀ ਇਹਨਾਂ ਦੀ ਗਈ ਸੀ ਪਾਰਟੀ, ਉਹਨਾਂ ਦਾ ਜਿਹੜਾ ਰੈਜ਼ੋਲੂਸ਼ਨ ਹੈ ਉਹਦੇ 'ਚ ਕਰਕੇ ਜੀ ਕਿ ਸਭ ਦੇ ਨਾਲ ਗੱਲਬਾਤ ਕੀ, ਹੁਣ ਹੁਰੀਅਤ ਸ਼ਬਦ ਤੋਂ ਵੀ ਡਰਨ ਲੱਗ ਗਏ, ਅਤੇ ਨਾਲ ਹੀ ਕਿਹਾ ਕਿ ਪਰ ਦੇਸ਼ ਦੀ ਸੋਵਰਨਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਹੋਏਗਾ। ਸੋ ਇੱਕ ਪਾਸੇ ਇਸ ਕਿਸਮ ਦੀ ਡਰਾਮੇਬਾਜ਼ੀ ਚੱਲ ਰਹੀ ਹੈ, ਦੂਸਰੇ ਪਾਸੇ ਜਿਹੜਾ ਉੱਥੋਂ ਦਾ ਸੋ ਕਾਲਡ ਅਖੌਤੀ ਮੀਡੀਆ ਸਿਆਸੀ ਪਾਰਟੀਆਂ ਨੇ ਉਹ ਵੀ ਮੋਦੀ ਦੇ ਜਹਾਜ਼ 'ਤੇ ਚੜ੍ਹੀਆਂ ਹੋਈਆਂ ਨੇ। ਔਰ ਮੈਨੂੰ ਅੱਜ ਫਖਰ ਮਹਿਸੂਸ ਹੋਇਆ ਜਦੋਂ ਮੈਂ ਇਹ ਖਬਰ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਦੇਖੀ, ਪੋਸਟਰਸ ਔਨ ਕਸ਼ਮੀਰ ਟ੍ਰਿਗਰ ਰੋ ਐਟ ਪੰਜਾਬੀ ਯੂਨੀਵਰਸਿਟੀ, ਮਤਲਬ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ 2 ਪ੍ਰਮੁੱਖ ਔਰਗਨਾਈਜੇਸ਼ਨ, ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਔਰ ਦੂਸਰੀ ਡੈਮੋਕਰੈਟਿਕ ਸਟੂਡੈਂਟਸ ਔਰਗਨਾਈਜੇਸ਼ਨ ਨੇ,
जिहड़े ने ओह भावें हैंड रिटन ही ने, दर्शक स्क्रीन ते देख रहे ने, जिहड़े ने ओह चिपकाए ने पोस्टर जिहदे च उन्होंने कहा भी आजादी का हक है कश्मीरियां दा और इह जुल्म बंद करो। और अखिल भारती विद्यार्थी परिषद जिहड़ा RSS का विंग है उन्होंने उन्होंने पाड़न की कोशिश की और यह कहा जी इन्हां दे खिलाफ देश द्रोह का केस रजिस्टर करो। पर गुरप्रीत सिंह जिहड़े PSU दे प्रेजिडेंट ने उन्होंने कहा कि भी उन्होंने कहा कि दे हैड ए जस्ट डिमांड एंड इट शुड नॉट बी ट्रीटिड एज एंटाई नैशनल, कि कश्मीरियां दी मांग बिल्कुल न्याय संगत है। उन्होंने फिर कहा वी हैव सिंपली डिमांडेड दैट गवर्नमेंट शुड पुट एन एंड टू द एट्रॉसिटीज एंड गिव फ्रीडम टू द कश्मीरी पीपल, द डिमांड फॉर रेफरेंडम इज नॉट समथिंग न्यू। उन्होंने कहा जी साड़ी तो यही मंग है कि कश्मीरियां दे उत्ते जुल्म बंद करो और कश्मीरी लोगों नू जिहड़ा आजादी दिओ, जिहड़ा रेफरेंडम की मंग है जां स्वै आजादी की मंग है ये कोई नवी नहीं है। और इस तरह पंजा जिहड़े दूसरे पुनीत चाल ने SHO दे अर्बन एस्टेट उन्होंने कहा कि भी ये जिहड़ा साडा फर्ज बनता है कि असी इस दे बराबर आवाज चुके। और चंगी गल है भी पुलिस ने भी जिहड़ा इस दे उत्ते कहा जी नहीं इन्होंने कोई गलत गल नहीं की है। और जोड़ा जिवें जे यही गल जो दिल्ली च हुई उत्थे देश द्रोह बना दिता, कर्नाटका च बना दिता है। सो ये एक साडे लई फखर वाली गल है कि जदों अज सारा देश एक पासे जिहड़ा बिल्कुल कश्मीरियां दी आवाज़ नूं दबाण ते लगा होया है जां उस नूं नैगेट कर रहा, अमरीका वर्गा मुल्क इन्हां ने मूंह च घुंगड़ियां पाईआं होई हैं, कित्थे है इन्हां दीआं वैस्टर्न मुल्कां दीआं डेमोक्रेसीज और ह्यूमन राइट्स और दूसरी गल। सो असीं फखर महसूस करदे हैं कि पंजाबी यूनिवर्सिटी पटियाला दीआं स्टूडेंट ऑर्गेनाइजेशनस ने इस किस्म के माहौल दे विच भी कश्मीरियां दे लई हा दा नारा मारिया। एक जिहड़ा इशू इस दे नाल लगदा ही पिछले दिनां च असीं इस नूं विचार अधीन लिआंदा सी कि किवें जिहड़ा भारती एयरफोर्स का चीफ जिहड़ा एयर चीफ मार्शल अरूप राहा उन्हें बड़ा भड़काऊ बयान दिता सी कि जी 47 दे विच जदों ये होया नहरू ने सियाणप नहीं कीती, उन्हें साडी तां फौज दे उत्थे पहुँच गए सी, असीं वैसे ही जित लैणा सी, सिक्योरिटी कौंसल च लजाण दी की लोड़ सी, और उन्हें साड़ी प्रॉब्लम उत्थों शुरू हुई और ये मिलिट्री सोल्यूशन। और जाहिर है कि भी ये व्यू पॉइंट असी भी सुनते आए, बचपन तो पढ़ते भी आए कि जी नहरू कमज़ोर सी, जे कि पटेल प्राइम मिनिस्टर हुंदा तो उन्हें लैके ही नहीं सी जाना, साड़ी फौज ने तो जिहड़ा इन्ना फ्री करा लिया सी इलाका, होर 4 दिन मिल जाते भारतीय फौज नूं तां असीं सारा कश्मीर लै लैणा सी। और कई बार ये जिहड़ियां इस किस्म दीआं गल्लां और ये इन्हां दा हिंदूतवी व्यू पॉइंट रहा, पर जदों बार बार रिपीट हुंदी है और ये गल कोई पॉलिटिशियन नहीं सी कह रहा, जदों कि एयरफोर्स का चीफ इस किस्म की गल पब्लिकली कहिंदा है, और मैं समझदा सी भी इस नूं चैलेंज आएगा कोई ना कोई पोलिटिकल लीडर, कोई जिहड़े वड्डे वड्डे एक्सपर्ट एनालिस्ट बिठाए हुंदे ने रोज़ शाम नूं 3600 टीवी चैनल इंडिया ने खड़े किए हुए ने, लेकिन कोई भी किसी पक्षों इस चैलेंज नहीं होया। और मैं जो अज एक जर्नलिस्ट गिरीश शाहीन उन्होंने लिखत देखी आर्टिकल मेरिया नज़रों चो गुजरिया, तो मैं समझा भी ये मेरे लिए भी कुछ चीज़ा चानण वाली सी कि यह असी अपने दर्शकों के नाल श्रोतियों के नाल साझा करिए। और यदा हैडलाइन है इसकी, हाउ एयर चीफ मार्शल राहा इज रोंग ऑन कश्मीर एंड वाई इट्स वाइटल टू सैट द रैकड स्ट्रेट। और चलो किसी ने यह हौसला दिखाया गिरीश ने कि भी उन्हें जोड़ा रिकॉर्ड है उन्होंने स्टेट करने की कोशिश की है, और उन्होंने पहला उन्होंने ही कोट किया कि भी ये अरूप राहा ने जी गल कही ये इनएकोरेट हिस्टरी लैसन सी। और उन्होंने ये कहा कि भी क्या कि उन्हें पहला असं दोबारा ये रिमाइंड करा दी कि एयर चीफ मार्शल ने कहा सी कि 1947 दे विच आज़ादी तो एकदम बाद जड़े बहुत सारे कबीलिया के लोग परले पासे बॉर्डर तो आए जिस नूं पाकिस्तान की मिलिट्री और गवर्नमेंट जड़ी है वो सपोर्ट कर रही सी, वो जम्मू कश्मीर के एक हिस्से तो उन्होंने कब्जा किया, भारतीय फौज जड़ी है ग्राउंड के उत्ते बहुत मजबूत नहीं सी और इसलिए वो उस वेले इमीडिएटली रिएक्ट नहीं कर सके ताकि वह भारतीय टैरीटरी पर कब्जा करन। और ये एयरफोर्स दिया ट्रांसपोर्ट विंग सी जिन्हां दे डकोटा जहाज जिहड़े ने जिन्हां ने अल्टीमेटली हैल्प की और उस सिचुएशन नूं बचाया, बहुत वड्डी गिणती साडे ट्रूप मिलिट्री इक्विपमेंट वैपन्स लॉजिस्टिक्स जिहड़े ने वो श्रीनगर पुंछ ले ते दूसरियां थावां ते लियांदे गए।
और इंडियन एयरफोर्स ने इस बहुत प्रमुख भूमिका अदा की, इंडियन आर्मी नू हेल्प की कि वह रेडर्स नू जड़े हमलावर सी कबीलियां वाले उन्होंने वापस पुश कर, और ये वेला सी कि इस वेले इदा फौजी हल कढ़िया जा सकता सी। पर मैं सोचता हाँ कि क्योंकि साड़ी लीडरशिप उस वेले मॉरल हाई ग्राउंड रखना चाहती सी और असी यूनाइटेड नेशनज़ दे विच चले गए पीसफुल सल्यूशन दे लई जिथों प्रॉब्लम शुरू हुई और ये प्रॉब्लम अज भी जा रही है। और जिहड़ा पाकिस्तानी कब्जे वाला कश्मीर है ये साडे मास दे विच खुब्या एक कंड है। हुण ये उहदी स्टेटमेंट है, इहनू मिस्टर गिरीश ने काउंटर कीता फैक्ट्स दे नाल, और क्योंकि कश्मीर चर्चा दे विच है, साडा गुआंढी सूबा और असी हमेशा ही हमदर्दी भी रखते हैं, असी समझते हैं कि भाई खालिस्तान की स्ट्रगल तो ही बाद बेशक कश्मीरियों की समस्या तो 1947-48 तो है, पर हथियारबंद संघर्ष उत्थे 1988-89 पंजाब के जिहड़ा चैलेंज तो बाद शुरू हुआ, और इत्थे भी असी उन्होंने नाल रल मिल के प्रोटेस्ट और दूसरिया जिहड़िया लॉफुल एक्टिविटीज ने उन्होंने शमूलीयत करते हैं। हुण इहदे च इन्हें मिस्टर गिरीश ने कहा कि ये जड़ा राइट विंग वालों का व्यू है जोड़े कि साबित करना चाहते हैं कि नहरू जड़ा वो बड़ा कमजोर सी और जे पटेल दे कोल हुंदा ते गल डिफरेंट होनी सी जी। और ये जड़ा ये कह रहा है कि भाई ये बड़ी वड्डी गलत बयानी है। हुण ये कहंदा है कि लैट मी पॉइंट आउट द ऑबवियस एरर्स इन राज नैरेटिव बिफोर डिस्कसिंग द बिगर पिक्चर, कि भाई असी उहदे च गलतियां की ने उहनू डिस्कस कर लईए। He speaks of raiders sent by Pakistan overrunning Indian territory, but no such thing ever happened. When tribal militias from Pakistan invaded Jammu and Kashmir on October 22, 1947, it was an independent state that could not be described as an Indian territory in any shape or form. India had no boots on the ground at all when the raiders began. ਇਹ ਤਾਂ ਜਿਹਨੂੰ ਉਹ ਕਹਿੰਦਾ ਨਾ ਜੀ ਕਿ ਬਿਸਮਿਲਾ ਹੀ ਗਲਤ ਹੈ, ਉਹ ਕਹਿੰਦਾ ਜੀ ਜਦੋਂ 22 ਅਕਤੂਬਰ ਨੂੰ ਉਹ ਟ੍ਰਾਈਬਲ ਆਏ ਔਰ ਇੰਡੀਅਨ ਫੌਜੀ ਇਕੱਠ ਸੀ ਉੱਥੇ, ਔਰ ਉਦੋਂ ਤਾਂ ਅਜੇ ਹਰੀ ਸਿੰਘ ਜਿਹੜਾ ਡੋਗਰਿਆ ਗਦਾਰ ਜਿਹੜਾ ਗੁਲਾਬ ਸਿੰਘ ਜਿਹਨੇ ਸਿੱਖ ਰਾਜ ਵਿੱਚਿਆ ਅੰਗਰੇਜ਼ਾਂ ਨੂੰ ਗਦਾਰੀ ਕੀਤੀ ਉਹਦੇ ਖਾਨਦਾਨ ਚੋਂ, ਉਹ ਤਾਂ ਹਰੀ ਸਿੰਘ ਨੇ ਅਜੇ ਤੱਕ ਐਕਸੀਡ ਵੀ ਨਹੀਂ ਸੀ ਕੀਤਾ ਕਿਸੇ ਪਾਸੇ। ਹਾਲਾਂਕਿ ਜਿਹੜਾ ਐਕਸੈਸ਼ਨ ਟੂ ਇੰਡੀਆ ਹੈ ਜਿਹੜੀ ਕਿ 5 ਦਿਨ ਬਾਅਦ 27 ਅਕਤੂਬਰ ਦੀ ਡੇਟ ਦਿੱਤੀ ਜਾਂਦੀ ਹੈ, ਇਹ ਵੀ ਸ਼ੱਕੀ ਹੈ ਕਿਉਂਕਿ ਉਸ ਤੋਂ ਬਾਅਦ ਹਰੀ ਸਿੰਘ ਦੀ ਕਦੇ ਕੋਈ ਸ਼ਕਲ ਸਾਹਮਣੇ ਨਹੀਂ ਆਈ, ਪਤਾ ਨਹੀਂ ਕਿੱਥੇ ਉਹ ਬੰਬਈ ਰਿਹਾ ਕੀ ਰਿਹਾ, ਕੋਈ ਪ੍ਰੈਸ ਕਾਨਫਰੰਸ ਕੋਈ ਗੱਲ ਜਿਹੜਾ ਉਹ ਬਿਲਕੁਲ ਇੱਕ ਹਿਸਟਰੀ ਦਾ ਇੱਕ ਕਾਲਾ ਚੈਪਟਰ ਹੈ ਕਿ ਉਹ ਕੀ ਹੋਇਆ ਬਿਹਾਇੰਡ, ਉਹਦੇ ਦਸਤਖਤ ਵੀ ਅਸਲੀ ਨੇ ਕਿ ਨਹੀਂ ਨੇ। ਕੱਲ੍ਹ ਕਿ ਪਰਸੋਂ ਮੈਂ ਦੇਖ ਰਿਹਾ ਸੀ ਕਿਸੇ ਨੇ ਜਿਹੜਾ ਜਿਹਨੂੰ ਤੁਸੀਂ ਰਾਈਟ ਟੂ ਇਨਫੋਰਮੇਸ਼ਨ ਦੇ ਥੱਲੇ ਕਢਾਇਆ ਹੈ, ਓਰੀਜਨਲ ਜਿਹੜੀ ਹੈ ਜੀ ਦਸਤਖਤ ਕੀਤੀ ਨੈਸ਼ਨਲ ਆਰਕਾਈਵ 'ਚ ਪਈ ਹੈ, ਇਹ ਕਿਹਾ ਜਾਂਦਾ ਸੀ ਕਿ ਜਿਹੜਾ ਐਕਸੈਸ਼ਨ ਉਸਦਾ ਐਗਰੀਮੈਂਟ ਸੀ ਉਸ ਦੇ ਉੱਤੇ ਸ਼ੇਖ ਅਬਦੁੱਲਾ ਦੇ ਦਸਤਖਤ ਵੀ ਸੀ, ਪਰ ਹੁਣ ਜਿਹੜਾ ਕੋਈ ਸਬੂਤ ਕਿਸੇ ਨੇ ਰਾਈਟ ਟੂ ਇਨਫੋਰਮੇਸ਼ਨ ਥੱਲੇ ਕਢਾਇਆ ਉਹਦੇ ਸ਼ੇਖ ਅਬਦੁੱਲਾ ਕੋਈ ਨੈਸ਼ਨਲ ਕਾਨਫਰੰਸ ਦਾ ਉਹ ਮੁਖੀ ਸੀ ਉਹਦੇ ਦਸਤਖਤ ਹੀ ਨਹੀਂ ਨੇ। ਸੋ ਉਹ ਸਾਰਾ ਚੈਪਟਰ ਵੀ ਸ਼ੱਕੀ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਇੰਡੀਆ ਵੀ ਇੰਸਟਰੂਮੈਂਟ ਆਫ ਐਕਸੈਸ਼ਨ ਜਿਹਨੂੰ ਕਹਿੰਦਾ ਉਹ 27 ਅਕਤੂਬਰ ਨੂੰ ਸਾਈਨ ਹੋਇਆ। ਸੋ 22 ਅਕਤੂਬਰ ਨੂੰ ਕਿਹੜੀ ਭਾਰਤੀ ਫੌਜ ਜਿਹੜੀ ਹੈ ਜੰਮੂ ਕਸ਼ਮੀਰ ਦੇ ਵਿੱਚ ਸੀ? ਸੋ ਇਹਦਾ ਮਤਲਬ ਇਹ ਹੈ ਕਿ ਏਅਰ ਚੀਫ ਮਾਰਸ਼ਲ ਦੀ ਬੇਸਿਕ ਜਿਹੜੀ ਗੱਲ ਸ਼ੁਰੂ ਹੁੰਦੀ ਹੈ ਉਹੀ ਝੂਠ ਤੋਂ ਸ਼ੁਰੂ ਹੁੰਦੀ ਹੈ। ਫਿਰ ਇਹਨੇ ਉਹੀ ਕਿਹਾ ਵੀ ਜਨਰਲ ਮਾਊਂਟਬੈਟਨ ਨੇ ਐਕਸੈਪਟ ਕੀਤਾ 5 ਦਿਨ ਬਾਅਦ, ਔਰ ਇਹ ਜਿਹੜਾ ਫਿਰ ਫੋਰ ਦਾ ਮੂਮੈਂਟ ਲੈਟਸ ਕੀਪ ਵਿਦ ਅ ਰੂਪ ਰਾਜ ਫੈਂਟੈਸੀ, ਵੀ ਵਰ ਔਨ ਦਾ ਵਰਜ ਆਫ ਵਿਕਟਰੀ ਹੀ ਕਲੇਮਸ ਵੈਨ ਵੀ ਲੇਮੈਂਟੇਬਲੀ ਗੋਟ ਦਾ ਯੂਨਾਈਟਿਡ ਨੇਸ਼ਨਸ ਇਨਵੋਲਵ ਚੂਜ਼ਿੰਗ ਐਥਿਕਸ ਓਵਰ ਪ੍ਰੈਗਮੈਟਿਜ਼ਮ, ਦਾ ਐਕਚੁਅਲ ਟਾਈਮ ਲਾਈਨ ਟੈਲਸ ਏ ਵੈਰੀ ਡਿਫਰੈਂਟ ਸਟੋਰੀ। ਹੁਣ ਉਹਨੇ ਕਿਹਾ ਜੀ ਅਸੀਂ ਮੋਰਲ ਹਾਈ ਗਰਾਊਂਡ 'ਚ ਫਸ ਗਏ, ਫੌਜੀ ਹੱਲ ਨਹੀਂ ਕੱਢਿਆ। ਹੁਣ ਇਸ ਦੇ ਵਿੱਚ ਜਿਹੜਾ ਲੇਖਕ ਹੈ ਉਹ ਇਹ ਦੱਸ ਰਿਹਾ ਹੈ ਵੀ ਟਾਈਮ ਲਾਈਨ ਕੀ ਹੈ, ਜਦੋਂ ਤੁਸੀਂ ਕਹਿੰਦੇ ਵੀ ਕਦੋਂ ਕੀ ਹੋਇਆ। ਹੁਣ 22 ਅਕਤੂਬਰ ਨੂੰ ਜਿਹੜੇ ਨੇ ਉਹ ਰੇਡਰ ਆਏ, ਇੰਡੀਅਨਸ ਦੇ ਮੁਤਾਬਕ 27 ਅਕਤੂਬਰ ਨੂੰ ਜਿਹੜਾ ਐਕਸੈਸ਼ਨ ਦਾ ਜਿਹੜਾ ਉਹ ਉਹਨੇ ਹਰੀ ਸਿੰਘ ਨੇ ਕੀਤਾ ਇੰਡੀਆ ਦੇ ਨਾਲ। ਹੁਣ ਇਹ ਜਿਹੜੀ ਟਾਈਮ ਲਾਈਨ ਹੈ ਉਹ ਇਹ ਹੈ, ਇੰਡੀਆ ਫਸਟ ਅਪਰੋਚ ਦਾ ਯੂਨਾਈਟਿਡ ਨੇਸ਼ਨਸ ਇਨ ਜਨਵਰੀ 1948 2 ਮੰਥਸ ਆਫਟਰ ਫਾਈਟਿੰਗ ਹੈਡ ਕਮੈਂਸਡ। ਜੇ ਇੰਨੀ ਬਹਾਦਰ ਫੌਜ ਸੀ ਤੇ 2 ਮਹੀਨੇ ਕਿੱਥੇ ਰਹੇ ਕਿ ਵੀ ਜਨਵਰੀ 48 ਦੇ ਵਿੱਚ ਅਕਤੂਬਰ 22 ਨੂੰ ਹਮਲਾ ਹੁੰਦਾ
और जनवरी दे विच उन सारा नवंबर सारा दसंबर फौज दे कोल सी, क्यों ना अगे वध के इन्होंने पाकिस्तानी कब्जे वाला कश्मीर जिहड़ा इह कहिंदे ने उह खोह लिया। सो जाहिर है भी दूसरी गल भी गलत है कि जो और बहुते नूं इह लगदा सी कि लड़ाई चल रही सी, पता नहीं नहरू एकदम गया और यूएन सिक्योरिटी कौंसल ने फौरन जिहड़ा सीज फायर किया। दो महीने बाद नहरू और हुण अगे दो महीने बाद भी कोई इमीडिएटली नहीं होया। जनवरी 48 च गया, टू मंथ्स आफ्टर फाइटिंग हैड कमेंस्ड, द यूएन अडॉप्टेड रेजोल्यूशन 47 विच वॉज नॉन बाइंडिंग ऑन अप्रैल 21st ऑफ दैट ईयर। सो चार महीने होर सी, तुहाडा आ भी गया रेजोल्यूशन, तुसी चले भी गए, अजे तो तुसी साइन नहीं सी कीते, दा मतलब दो महीने नहीं तुहाडे कोल, चार महीने सी। वेयर फाइटिंग कंटिन्यू थ्रू दैट ईयर, जदों के सारा सार लड़ाई चलती रही। ए सीज फायर वॉज फाइनली एग्रीड एट 1 मिनट बिफोर मिड नाइट ऑन जनवरी 1, 1949, ए फुल 9 months आफ्टर द यूनाइटेड नेशन हैड पास्ड इट्स कश्मीर रेजोल्यूशन। हुण तुसीं देख लो झूठ बिच चार महीने पहला, और रेजोल्यूशन अप्रैल च पास हुंदा है, फिर भी जिहड़ी लड़ाई है वह जनवरी 48 तक जारी रहिंदी है, और उहदे च कोई यूएन ने उत्थे अपने ट्रूप नहीं भेजे जी, कोई पीस कीपिंग फोर्स नहीं भेजी। इट शुड बी ऑब्वियस दैट द यूएन प्लेड नो रोल व्हाटसोएवर इन द एंडिंग ऑफ आर्म्ड कॉन्फ्लिक्ट। व्हाट हैपेंड वाज दैट आफ्टर ए सीरीज ऑफ बैटल्स फॉट थ्रू टू बिटर विंटर्स, इंडिया एंड पाकिस्तान रियलाइज देवर इन ए स्टेलमेट, फार फ्रॉम राहाज बिलीफ दैट विक्ट्री वॉज विद इन साइट। बोथ साइड्स वर सो एंट्रेंच्ड इन रीजन्स दे कंट्रोल्ड that a decisive result was more distant than ever when the line of control was demarcated. ke dono hi faujan inniyan thak tut gayiyan, ek saal laddiyan rahiyan, do sardiyan langaiyan, october di langai 47 di, october november utthe shuru ho jande hai kashmir ch, fir 48 di jehdi hai ja ke pure saal baad hoya hai, kehdi tuhadi fauj edi bahadur si ke tusi jehde tusi saal de vich nahi lai sake baki da te ਤੁਸੀਂ ਲੈ ਲੈਣਾ ਸੀ। ਹੁਣ ਇਹਦੇ 'ਚ ਉਹਨਾਂ ਨੇ ਅੱਗੋਂ ਜਿਹੜਾ ਹੈ ਦੋ ਹੋਰ ਉਹਨਾਂ ਨੇ ਕਿਹਾ ਕਿ ਜੀ ਸਾਰੇ ਦਾ ਸਾਰਾ ਜੰਮੂ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਹੋ ਸਕਦਾ ਸੀ ਜੇ ਪਾਕਿਸਤਾਨੀ ਫੌਜ, ਜਿਵੇਂ ਇਹਨਾਂ ਨੇ ਕਿਹਾ ਜੀ ਫੌਜ ਆ ਗਈ, ਔਰ ਜੇ ਫੌਜ ਆਈ ਹੁੰਦੀ ਔਰ ਉਦੋਂ ਜਿਹੜਾ ਦੋਨੋਂ ਪਾਸੇ ਹੀ ਕਮਾਂਡਰ ਇਨ ਚੀਫ ਸੀ, ਇੰਡੀਆ ਦੀ ਫੌਜ ਦਾ ਵੀ ਔਰ ਪਾਕਿਸਤਾਨ ਦਾ ਵੀ, ਉਹ ਅੰਗਰੇਜ਼ ਸਨ ਅਜੇ ਕਿਉਂਕਿ ਟਰਾਂਜ਼ੀਸ਼ਨ ਤਾਜ਼ੀ ਤਾਜ਼ੀ ਹੋਈ ਸੀ, ਗਵਰਨਰ ਜਨਰਲ ਵੀ ਮਾਊਂਟਬੈਟਨ ਸੀ ਉਸ ਵੇਲੇ, ਔਰ ਪਾਕਿਸਤਾਨ ਦਾ ਕਮਾਂਡਰ ਇਨ ਚੀਫ ਜਿਹੜਾ ਉਹ ਡਗਲਸ ਗ੍ਰੇਸੀ ਸੀ, ਜਿਹਨੇ ਮੁਹੰਮਦ ਅਲੀ ਜਿਨ੍ਹਾਂ ਨੂੰ ਕਿਹਾ, ਜਿਹੜੇ ਪਾਕਿਸਤਾਨ ਦੇ ਗਵਰਨਰ ਜਨਰਲ ਸੀ, ਕਿਉਂਕਿ ਉਹਨਾਂ ਨੇ ਮਾਊਂਟਬੈਟਨ ਚਾਹੁੰਦਾ ਸੀ ਪਾਕਿਸਤਾਨ ਦਾ ਵੀ ਬਣਨਾ, ਬਟ ਜਿਨ੍ਹਾਂ ਨੇ ਕਿਹਾ ਨੋ ਤੂੰ ਨਹੀਂ ਬਣ ਸਕਦਾ। ਸੋ ਬਿਟਰ ਰਿਲੇਸ਼ਨਸ਼ਿਪ ਵੀ ਸੀ, ਪਰ ਜਿਹੜਾ ਉਹਨਾਂ ਦਾ ਪਾਕਿਸਤਾਨੀ ਫੌਜ ਦਾ ਕਮਾਂਡਰ ਇਨ ਚੀਫ ਸੀ ਡਗਲਸ ਗ੍ਰੇਸੀ, ਉਹਨੇ ਕਿਹਾ ਕਿ ਵੀ ਨਹੀਂ, ਫੌਜ ਆਲਰੇਡੀ ਟੂ ਸਟ੍ਰੈਚਡ ਹੈ, ਔਰ ਹੋਰ ਵੀ ਅਜੇ ਇੱਥੋਂ ਵੀ ਇੱਧਰੋਂ ਰੈਫਿਊਜੀ ਜਾ ਰਹੇ ਸੀ ਔਰ ਉਹਨਾਂ ਦਾ ਭਾਰ ਸੀ। ਸੋ ਉਹਨੇ ਕਿਹਾ ਵੀ ਜੇ ਪਾਕਿਸਤਾਨੀ ਫੌਜ ਇਨਵੋਲਵ ਹੋਈ ਹੁੰਦੀ ਤਾਂ ਫਿਰ ਸਟੋਰੀ ਜਿਹੜੀ ਆ ਉਹ ਬਿਲਕੁਲ ਡਿਫਰੈਂਟ ਹੋਣੀ ਸੀ, ਔਰ ਇਹ ਜਿਹੜੀ ਸਟੋਰੀ ਹੈ ਉਹਦੇ 'ਚ ਫਿਰ ਉਹਨੇ ਈਵਨ ਇੰਡੀਅਨ ਜਨਰਲ ਦੇ ਹਵਾਲੇ ਨਾਲ ਵੀ ਗੱਲ ਕੀਤੀ, ਉਹਨੇ ਕਿਹਾ ਜੀ ਫਰਕ ਇੰਨਾ ਵੀ ਮਿਸਟਰ ਜਿਨ੍ਹਾਂ ਨੇ ਮੰਨ ਲਈ ਗੱਲ ਉਹਦੀ ਗ੍ਰੇਸੀ ਦੀ, ਔਰ ਇੱਧਰ ਜਦੋਂ ਹੈਦਰਾਬਾਦ 'ਚ ਜਿਸ ਦਿਨ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਮੌਤ ਹੁੰਦੀ ਹੈ, ਉਸ ਤੋਂ ਸ਼ਾਇਦ ਅਗਲੇ ਦਿਨ ਹੀ ਹੈਦਰਾਬਾਦ ਜਿਹੜੀ ਇੰਡੀਪੈਂਡੈਂਟ ਰਿਆਸਤ ਸੀ ਉਹਦੇ 'ਤੇ ਫੌਜ ਭੇਜ ਚਾੜ੍ਹ ਦਿੱਤੀ ਸੀ ਨਹਿਰੂ ਨੇ, ਔਰ ਉਦੋਂ ਇੰਡੀਆ ਦਾ ਜਿਹੜਾ ਸੀ ਆਰਮੀ ਦਾ ਚੀਫ ਉਹ ਮਿਸਟਰ ਬੁੱਚਰ ਸੀ ਉਹਦਾ ਲਾਸਟ ਨੇਮ, ਔਰ ਉਹਨੇ ਉਦੋਂ ਉਹਨਾਂ ਨੂੰ ਕਿਹਾ ਸੀ ਵੀ ਨਹੀਂ ਆਊਟ ਸਟ੍ਰੈਚ ਨਾ ਕਰੋ, ਪਰ ਨਹਿਰੂ ਨੇ ਉਹਦੀ ਐਡਵਾਈਸ ਨਹੀਂ ਮੰਨੀ ਔਰ ਹੈਦਰਾਬਾਦ ਇਹਨਾਂ ਨੇ ਇੰਨਾ ਵੱਡਾ 90,000 ਸਕੇਅਰ ਮਾਈਲ ਤੋਂ ਵੱਡੀ ਟੈਰੀਟਰੀ ਉਹਦੇ 'ਤੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ। ਔਰ ਇਸੇ ਤਰ੍ਹਾਂ ਨਹਿਰੂ ਨੇ ਜਿਹੜਾ 1960 ਦੇ ਵਿੱਚ ਗੋਆ ਦੇ ਵਿੱਚ ਫੌਜ ਭੇਜ ਕੇ ਜਿਹੜਾ ਕਿ ਪੁਰਤਗਾਲ ਦਾ ਦੀ ਕਾਲੋਨੀ ਸੀ ਉਹਦੇ 'ਤੇ ਕਬਜ਼ਾ ਕਰ ਲਿਆ ਸੀ। ਸੋ ਇਹ ਕਹਿਣਾ ਕਿ ਜੀ ਉਹ ਨਹਿਰੂ ਕਿਉਂਕਿ ਬੜਾ ਮੋਰਲ ਹਾਈ ਗਰਾਊਂਡ ਸੀ ਅਤੇ ਫਲਾਣਾ ਜੇ ਇੱਡੀ ਮੋਰਲ ਹਾਈ ਗਰਾਊਂਡ ਸੀ, ਅਤੇ 1948 ਦੇ ਵਿੱਚ ਉਹ ਰੈਜੋਲਿਊਸ਼ਨ ਹੁੰਦਾ ਪਲੇਬਿਸਾਈਟ ਦਾ, ਔਰ ਨਹਿਰੂ ਦੀ ਮੌਤ 1964 ਦੇ ਵਿੱਚ ਹੁੰਦੀ ਹੈ, 16 ਸਾਲ ਨਹਿਰੂ ਨੇ ਕਿਉਂ ਨਾ ਕਰਾਇਆ ਪਲੇਬਿਸਾਈਟ, ਅਤੇ ਜੇ ਇੰਨਾ ਹੀ ਉਹ ਫੌਜੀ ਸਲਿਊਸ਼ਨ ਤੋਂ ਡਰਦਾ ਸੀ ਅਤੇ ਸਾਲ ਬਾਅਦ ਹੈਦਰਾਬਾਦ ਦੇ ਵਿੱਚ ਫੌਜ ਭੇਜੀ, ਫਿਰ ਅਸੀਂ ਦੇਖਦੇ ਹਾਂ ਕਿ 1960-61 ਦੇ ਵਿੱਚ ਗੋਆ ਦੇ ਉੱਤੇ ਕਬਜ਼ਾ ਕੀਤਾ। ਸੋ ਗੱਲ ਜਿਵੇਂ ਉਹ ਕਹਿੰਦੇ ਨੇ ਵੀ ਅਗਲਿਆਂ ਨੇ ਚੂੜੀਆਂ ਨਹੀਂ ਸੀ ਪਾਈਆਂ ਹੋਈਆਂ, ਸਾਲ ਫੌਜ ਦਾ ਇਹਨਾਂ ਨੇ ਜ਼ੋਰ ਲਾ ਕੇ ਦੇਖ ਲਿਆ,
इन्ना कि जिन्ना कि कब्जा कर सके और ये थां दे भी जे उन्हां ट्राइबल लोकां दी थां ते पहली स्टेज दे उत्ते पाकिस्तान दी फौज आई हुंदी ते फिर कहानी जम्मू कश्मीर दी होर होनी सी। फिर बैठे दिल्ली दे विच अज जिवें डड्डू ट्रैं ट्रैं करदे ने बरसात दे महीनिआं च, कोई इस छप्पड़ चों निकलदा है, उहदे चों निकलदा है, देश दी एकता अखंडता ते फलाणा। उहनां नूं तुहानूं 62 दीआं जुत्तियां भुल गईआं, तुसीं पहलां चीन तो ले लिया वो 50-60 हज़ार स्क्वेयर किलोमीटर टैरीटरी जिहड़े तुहाडे मते ने यूनैनिमस पार्लीमेंट च कीते हुए कि भी असी भारत माता दा एक एक इंच जिहड़ा है वो साडे लई बड़ा पवित्र है। सो कुल मिला के असी समझदे हां कि भी वह विचारे जिहड़े इस वेले जिन्हां दे नाल कोई खलोण नूं तैयार नहीं है कश्मीरियां दे, उहनां दे उत्ते 1 मिलियन फौज रख के जिहड़ा वह जुलम ढा के समझदे ने कि जी असी बड़ी जिहड़ी है वह भारत माता की सेवा कर रहे हैं। इस तरह मूवमेंट्स नहीं दबदियां, जिन्ने जुलम करनगे जिन्ना अल्टीमेटली और अज जिस किस्म की आजादी की गल कश्मीरियां च है, सैल्यूट टू दैम, उन्हां दा बच्चा बच्चा जिहड़ा वह आजादी आजादी कर रहे। सो ये असी पूरा आर्टिकल नहीं पढ़ते क्योंकि जिन्ना रेलिवेंट पार्ट सी भी किस किस्म की ये गलत बयानी कर रहे हैं और इन्हों का फौजी चीफ एयर मार्शल कर रहे, चीफ एयर मार्शल, और उन्हें कोई चैलेंज नहीं कर रहा और मिस्टर ग्रीश ने इन्हें चैलेंज किया। असं समझते हैं भी इदा के मौके राइट परस्पेक्टिव गल करनी भी बहादुरी का काम जी। डॉक्टर साहब दोनों मुद्दों के तौर से दर्शकों अपने विचार साझे किए ने, इतने लेने ब्रेक। व्यूअर्स विचार का सिलसिला इस तरह चलता रहेगा, मिलते हैं छोटे वक्फे तो बाद।